ਇਹ ਕੈਨੇਡਾ ਅਮਰੀਕਾ ਦੇ ਹਾਈਵੇ ਦਾ ਵੀ ਕਹਿੰਦੇ ਬਹੁਤ ਫਰਕ ਆ ਕਈ ਲੋਕ ਕਹਿੰਦੇ ਵੀ ਇੱਥੇ ਵਾਸ਼ਰੂਮ ਪ੍ਰੋਪਰ ਨਹੀਂ ਆ ਜਾਂ ਜਿਹੜੇ ਜਿਹੜੇ ਰੈਸਟ ਸਟਾਪਸ ਆ ਉਹ ਪ੍ਰੋਪਰ ਨਹੀਂ ਆ ਉਹ ਇੱਥੇ ਕਿੱਦਾਂ ਹੁੰਦਾ ਉਸ ਮਸੱਈ ਨਹੀਂ ਬਣਦੀ ਉਹ ਤਾਂ ਬਣਦੀ ਆਈ ਉਹ ਤਾਂ ਕਿਉਂ ਨਹੀਂ ਬਣਦੀ ਕੀ ਉਹ ਤਾਂ ਟਰੂਡੋ ਨਾ ਹੁਣ ਕੀ ਕਹੀਏ ਹਣ ਹੈਨਾ ਟਰੂਡੋ ਨੂੰ ਵੀ ਚਾਹੀਦਾ ਵੀ ਥੋੜਾ ਜਿਹਾ ਹਾਈਵੇ ਬਣ ਇਧਰ ਨੂੰ ਜਾਈਦਾ ਮੁੰਡੇ ਕੈਲੀਫੋਰਨੀਆ ਨੂੰ ਜਾਂਦੇ ਆਪਣੇ ਸੌਰੀ ਕੈਲਗਰੀ ਨੂੰ ਜਾਂਦੇ ਆ ਤਾਂ ਸਿੰਗਲ ਰੋਡ ਆ ਤੇ ਆਹ ਦਿਨਾਂ ਚ ਤਾਂ ਹੁਣ ਕੋਈ ਮੂੰਹ ਹੀ ਨਹੀਂ ਕਰਦਾ ਇਦਾਂ ਨੂੰ ਅੱਲਾ ਕਹਿੰਦਾ ਨਾ ਵੀ ਦੂ ਤਾਂ ਚੰਗਾ ਇੱਥੇ ਗੁਰਦੁਆਰੇ ਰੋਟੀ ਖਾ ਕੇ ਘਰੇ ਚਲਦੇ ਆਂ ਕਾਰਨ ਕਾਰ ਨਹੀਂ ਆ ਭਾਜੀ ਮੋੜ ਕੋੜਾ ਬਹੁਤ ਆ ਬਰਫ਼ ਜੰਮੀ ਪਈ ਆ ਹੁਣ ਟਰੱਕ ਮਾਰਾ ਯਾ ਅੱਖ ਦਾ ਝਪਕਾ ਸਲਿੱਪਰੀ ਕਰ ਗਿਆ ਤਾਂ ਬੰਦਾ ਹੋ ਗਿਆ ਹੋ ਗਿਆ ਉਹ ਗੱਲ ਹੋ ਜਾਂਦੀ ਆ ਹੁਣ ਅਮਰੀਕਾ ਨੂੰ ਚਲਦੇ ਆ ਅਮਰੀਕਾ ਡਬਲ ਰੋਡ ਆ ਦੋ ਦੋ ਤਿੰਨ ਤਿੰਨ ਰੋਡ ਆ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਪਣੇ ਵਾਕੀ ਹੁਣ ਬੀਸੀ ਤੁਹਾਨੂੰ ਪਤਾ ਹੀ ਹੁਣ ਪਹਾੜੀ ਏਰੀਆ ਵਾ ਹੱਲਾ ਵੀ ਪੈਂਦੀ ਆ ਵਾ ਮੂੜ ਕੋੜ ਆ ਤੇ ਸਿੰਘਾ ਰੋਡ ਆ ਉਹ ਨਹੀਂ ਜੇ ਹੁਣ ਗਵਰਨਮੈਂਟ ਨੂੰ ਆ ਪਤਾ ਹੀ ਕਿਨੇ ਆ ਡਬਲ ਰੋਡ ਕਰ ਦੇਵੇ ਰੈਸਟ ਏਰੀਆ ਕਰ ਦੇਣ ਟਰੱਕਾਂ ਵਾਲੇ ਹੁਣ ਟਰੱਕਾਂ ਵਾਲੇ ਮੁੰਡੇ ਕਈ ਤਾਂ ਵਿੱਚ ਆਪਾਂ ਨੂੰ ਹੁਣ ਜਿਆਦਾ ਤਾਂ ਚਲੋ ਨਹੀਂ ਕਹਿਣਾ ਚਾਹੀਦਾ ਬੋਤਲਾਂ 'ਚ ਵੀ ਬੰਦੇ ਪਿਸ਼ਾਬ ਕਰਨ ਲੱਗ ਗਏ ਚਲੋ ਰੈਸਟ ਏਰੀਆ ਹੀ ਹੈ ਨਹੀਂ ਰਸਤੇ 'ਚ ਕਰਨਗੇ ਕੀ ਕਰਨਗੇ ਕੀ ਉਹਨਾਂ ਕੋਲੇ ਆਪਸ਼ਨ ਹੈ ਨਹੀਂ ਵਿਚਾਰਿਆਂ ਕੋਲੇ ਕੀ ਕਰਨਗੇ ਬੋਤਲਾਂ 'ਚ ਪਿਸ਼ਾਬ ਕਰਕੇ ਫਿਰ ਰਾਤਿਆਂ 'ਚ ਸੜਦੇ ਫਿਰ ਉਹਦੇ ਪੈਦਾ ਨਹੀਂ ਉਹ ਜਿੱਦਾਂ ਦੀ ਹੁਣ ਗਵਰਨਮੈਂਟ ਆ ਬੰਦਾ ਵੀ ਉਦਾਂ ਦਾ ਹੋ ਜਾਂਦਾ ਹੁਣ ਅਸੀਂ ਇੰਡੀਆ ਤੋਂ ਆਂ ਇੰਡੀਆ ਦੀ ਗਵਰਨਮੈਂਟ ਨੂੰ ਤੁ ਤਾਹੀਂ ਇੱਧਰ ਨੂੰ ਲੋਕ ਆਏ ਆ ਜਾਂ ਉੱਥੇ ਲੱਗਦਾ ਜਾਂ ਸਿਸਟਮ ਨਹੀਂ ਵਧੀਆ ਸਾਨੂੰ ਨਹੀਂ ਠੀਕ ਲੱਗਿਆ ਅਸੀਂ ਤਾਂ ਮੂਵ ਹੋ ਗਏ ਉਹੀ ਕਹੋ ਸ਼ਾਵਾ ਲੱਗਦਾ ਕੈਲਿਫੋਰਨੀਆ ਨੂੰ ਚਲਦੇ ਆ ਕਹਿੰਦਾ ਨਾ ਵੀ ਅਸੀਂ ਤਾਂ ਮੂਵ ਹੋ ਗਏ ਕਿੱਧਰ ਨੂੰ ਕਹਿੰਦਾ ਕੈਲਿਫੋਰਨੀਆ ਇੱਧਰ ਨੂੰ ਚੱਲਣ ਲੱਗ ਗਏ ਕੈਲੀਫੋਰਨੀਆ ਨੂੰ ਚਲਦੇ ਆ ਅਮਰੀਕਾ ਚਲਦੇ ਆ ਉਧਰ ਰੈਸਟ ਏਰੀਏ ਆ ਪੰਪਾ ਵਾਈਫਾਈ ਸਾਰਾ ਕੁਝ ਆਉਂਦਾ ਤੁਹਾਨੂੰ ਆਹ ਰੂੜਾ ਤੇ ਨਾ ਕੁਝ ਹੈ ਨਹੀਂਗਾ ਮੱਲੀ ਸਾਹਿਬ ਆਖਰੀ ਸਵਾਲ ਨਵੇਂ ਬੰਦੇ ਜਿਹੜੇ ਆ ਰਹੇ ਆ ਇਸ ਇੰਡਸਟਰੀ ਦੇ ਵਿੱਚ ਇੱਕ ਨਵਾਂ ਬੰਦਾ ਖਾਸ ਕਰ ਜਿਹੜਾ ਇੰਡੀਆ ਤੋਂ ਆਉਂਦਾ ਉਹਦੇ ਲਈ ਕੀ ਸਲਾਹ ਆ ਜੀ ਇੰਡੀਆ ਤੋਂ ਬੰਦਾ ਆਉਂਦਾ ਜੀ ਉਹਦੇ ਲਈ ਇਹੀ ਸਲਾਹ ਆ ਪਹਿਲਾਂ ਤਾਂ ਪ੍ਰੋਪਰ ਤਰੀਕੇ ਨਾਲ ਲਰਨ ਕਰਕੇ ਸਾਰਾ ਕੁਝ ਕਰਕੇ ਟਰੱਕ ਤੇ ਫੇਰ ਹੀ ਚੱਲੋ ਕਰਕੇ ਇਹਦੇ ਵਿੱਚ ਸਿੱਖਣ ਵਾਲਾ ਜਿਵੇਂ ਪਹਿਲਾਂ ਵੀ ਦੱਸਿਆ ਸਿੱਖਣ ਵਾਲਾ ਬਹੁਤ ਗੁੱਜਾ ਨਾਲ ਦੇ ਬੰਦੇ ਤੋਂ ਕੋਈ ਐਕਸਪਰਟ ਬੰਦਾ ਹੁੰਦਾ ਉਹ ਤੋਂ ਭਾਜੀ ਕਹਿ ਕੇ ਅਗਲੇ ਤੋਂ ਸਿੱਖੋ ਤੇ ਕਈ ਮੁੰਡੇ ਹੁੰਦੇ ਜੇ ਮੈਂ ਤੁਹਾਨੂੰ ਦੱਸਿਆ ਸੀਗਾ ਤੂੰ ਕਿ ਲੈਣਾ ਮੈਂ ਤਾਂ ਜਹਾਜ਼ ਚਲਾ ਲੂ ਮੈਂ ਤਾਂ ਇਹ ਕਰ ਲੂਗਾ ਫਿਰ ਉਹਦਾ ਦੇ ਬੰਦੇ ਦੇ ਪੱਲੇ ਕੁਝ ਨਹੀਂ ਪੈਂਦਾ ਖੂ ਦਾ ਡੱਡੂ ਜਿਵੇਂ ਕਹਿੰਦੇ ਫਿਰ ਉਹ ਖੂ ਚ ਹੀ ਰਹਿ ਜਾਂਦਾ ਸੋ ਪਾਜੀ ਕਹਿ ਕੇ ਜੀ ਕਹੋ ਤੇ ਜੀ ਕਵਾਓ ਸਿੱਧੀ ਗੱਲ ਆ ਇਹ ਏ ਇਦਾਂ 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 ਵੀ ਹੁੰਦਾ ਕਿ ਅਨਟੈਰੀਓ ਵਾਲਾ ਸਸਤਾ ਮਿਲ ਜਾਂਦਾ ਐਡਮਿੰਟਨ ਸਸਤਾ ਮਿਲ ਜਾਂਦਾ ਇੱਥੇ ਔਖਾ ਮਿਲਦਾ ਕਿਤੇ ਸੁੱਖਾ ਵੀ ਮਿਲ ਜਾਂਦਾ ਲਾਇਸੈਂਸ ਇਹ ਵੀ ਪਾਜੀ ਹੈਗਾ ਤਾਂ ਹੈ ਉੱਥੇ ਥੋੜਾ ਜਿਹਾ ਨਾ ਇੱਥੋਂ BC ਚੋਂ ਮੁੰਡੇ ਚਲੇ ਜਾਂਦੇ ਆ ਟ੍ਰਾਂਟੋ ਵੱਲੋਂ ਜਾ ਕੇ ਕਹਿ ਦਿੰਦੇ ਆ ਆਪਾਂ ਨੂੰ ਜਲਦੀ ਮਿਲ ਜਣੇ ਕਰਕੇ BC ਆ ਇਹ ਬਹੁਤ ਸਟ੍ਰਕਟ ਆ ਥੋੜਾ ਜਿਹਾ ਇੱਥੇ ਲਾਇਸੈਂਸ ਲੈਣਾ ਜੇ ਤੁਸੀਂ ਲੈਣਾ ਵੀ ਆ ਸਟਾਰਟਿੰਗ ਤੋਂ ਲੈਣਾ ਐਨ ਲਰਨਿੰਗ ਆ ਲਰਨਿੰਗ ਹੁੰਦਾ ਐਨ ਐਲ ਐਲ ਈ 5 ਦਾ ਲੈ ਲਿਆ ਉਸ ਤੋਂ ਬਾਅਦ ਆਪਾਂ ਨੂੰ 2-3 ਸਾਲ ਬੀਟ ਕਰਨੀ ਪੈਂਦੀ ਫਿਰ ਜਾ ਕੇ ਕਲਾਸ 1 ਦਾ ਤੁਸੀਂ ਜਿਹੜਾ ਵਾ ਟੈਸਟ ਦੇ ਸਕਦੇ ਆ ਤੇ ਉੱਥੇ ਆ ਜਿਹੜਾ ਉਹਨਾਂ ਦਾ ਕੋਈ ਹੋਰ ਲਾਓ ਉਹਨਾਂ ਨੇ ਹੁਣ ਆਪਦੇ ਤਰੀਕੇ ਨਾਲ ਉਹ ਜਲਦੀ ਐਕਸੈਪਟ ਕਰਦੇ ਆ ਤੇ ਬੰਦਾ ਉੱਥੇ ਜਲਦੀ ਚਲੇ ਆ ਜਾਂਦਾ ਲਾਇਸੈਂਸ ਲੈਣ ਤਾਂ ਹੀ ਜਾਂਦੇ ਆ ਲੋਕ